ਜਾਵੇਲੀ ਸਲਾਮ ਅਲੈਕੁਮ ਰਹਿਮਤੁਲਲਾਹ ਬਰਕਾਤ। ਵਾਲੇਕੁਮ ਅਸਲਾਮ। ਭਾਈ ਮੁਦੱਸਰ, ਕੀ ਹਾਲ ਚਾਲ ਹੈ? ਅਲਹਮਦੁਲਿਲਾ, ਠੀਕ ਠਾਕ ਹੋ? ਠੀਕ ਠਾਕ। ਮੁਦੱਸਰ ਇਕਬਾਲ ਨਾਂ ਹੈ ਤੁਹਾਡਾ ਕਿ ਮੁਦੱਸਰ? ਮੁਦੱਸਰ ਫਾਰੂਕ। ਮੁਦੱਸਰ ਫਾਰੂਕ, ਕੀ ਹਾਲ ਚਾਲ ਜੀ? ਠੀਕ ਠਾਕ ਅਲਹਮਦੁਲਿਲਾ, ਸ਼ੁਕਰ। ਮੁਦੱਸਰ ਫਾਰੂਕ ਸਾਹਿਬ, ਕਿੱਥੋਂ ਤਸ਼ਰੀਫ ਲਿਆਏ ਹੋ? ਮੈਂ ਬੇਸਿਕਲੀ ਤਾਂ ਗੁਜਰਾਂ ਦਾ, ਲੇਕਿਨ DHA ਫੇਸ 3 ਦੇ ਚੋਂ ਹਾਂ। ਅੱਛਾ, ਮੇਰੇ ਕੋਲ ਅੱਜ ਕਿੰਨੀ ਵਾਰੀ ਤੁਸੀਂ ਆਏ ਹੋ? ਤੀਸਰੀ ਦਫਾ ਹੈ। ਤੀਸਰੀ ਦਫਾ? ਰਮਜ਼ਾਨ ਤੋਂ ਪਹਿਲੇ ਆਏ ਸੀ ਇੱਕ ਮਰਤਬਾ, ਇੱਕ ਦਫਾ ਰਮਜ਼ਾਨ ਤੋਂ ਪਹਿਲਾਂ, ਫਿਰ ਰਮਜ਼ਾਨ 'ਚ ਤੋਂ ਆਉਂਦਾ, ਅਤੇ ਹੁਣ ਤੀਸਰੀ ਮਰਤਬਾ ਆਏ। ਜਦੋਂ ਤੁਸੀਂ ਮੇਰੇ ਕੋਲ ਪਹਿਲੀ ਮਰਤਬਾ ਆਏ, ਤੁਸੀਂ ਬਹੁਤ ਪਰੇਸ਼ਾਨ ਸਾਜੇ। ਹਾਂਜੀ, ਉਦੋਂ ਥੋੜ੍ਹਾ ਨਹੀਂ, ਬੜੀ ਸੂਰਤ ਹਾਲ ਖਰਾਬ ਸੀ ਉਦੋਂ। ਹੁਣ ਤਾਂ ਹਾਸਾ ਆਉਂਦਾ, ਉਦੋਂ ਤਾਂ ਬੜੇ ਤਬੱਸਮ ਆਉਂਦੀ ਹੈ। ਉਦੋਂ ਤਾਂ ਇਸ ਤਰ੍ਹਾਂ ਦਾ ਮਾਮਲਾ ਨਹੀਂ ਸੀ, ਉਦੋਂ ਬੜਾ ਡਰ ਸੀ, ਖੌਫ ਸੀ, ਪਤਾ ਨਹੀਂ ਕੀ ਹੋ ਜਾਣਾ, ਬਸ ਇੰਜ ਮੈਂ ਬਚਣਾ ਹੈ ਕਿ ਨਹੀਂ ਬਚਣਾ। ਹਾਂਜੀ, ਗੱਲ ਦਿਲ ਦੀ ਧੜਕਣ ਵੱਧ ਜਾਂਦੀ ਸੀ, ਇੱਕੋ ਦਮ ਤੇਜ਼ ਹੋ ਜਾਂਦੀ, ਭੁਰਪੜੀਆਂ ਪੀੜ ਕਰਦੀਆਂ ਸਨ। ਹਾਂਜੀ, ਇਸੇ ਤਰ੍ਹਾਂ ਖਾਤੇ ਵਜ਼ਨ ਆਉਂਦਾ ਸੀ ਹਰ ਟਾਈਮ। ਇੰਜ ਪਰੇਸ਼ਾਨੀ ਚ ਰਹਿਣਾ। ਕਿਸੇ ਕਿੰਨੇ ਚਿਰ ਤੋਂ ਬਿਮਾਰ ਹੋ? ਸਾਲ ਤੋਂ ਬਿਮਾਰ ਹੈ। ਸਾਲ? ਕਿਸੇ ਨੇ ਭਾਈ ਮੁਦੱਸਰ ਮੁਦੱਸਰ ਫਰੂਕ, ਕਿਸੇ ਨੇ ਤਸ਼ਖੀਸ ਕੀਤੀ ਐਨਾਟਮੀ ਵਾਲੇ ਪਾਸੇ ਕੋਈ ਗਿਆ ਵੀ ਕੀ ਮਸਲਾ ਕੀ ਆ ਰਿਹਾ? ਨਹੀਂ, ਇਹ ਕੋਈ ਨਹੀਂ, ਬਸ ਦਵਾਈ ਦੇ ਛੇ, ਮਿਹਨਤ ਦਾ ਮਸਲਾ ਹੈ, ਕੋਈ ਕਹਿ ਛੇ ਤਵੀਜ਼ਾਂ ਦਾ ਮਸਲਾ ਹੈ, ਜੇ ਨਾਲ ਦਾ ਮਸਲਾ ਹੈ, ਤੁਹਾਡੇ ਤੇ ਕਿਸੇ ਨੇ ਕੀਤਾ ਹੋਇਆ। ਯਾਨੀ ਮਾਰਕੀਟ ਚ ਮੁਖਤਲਿਫ ਡਰਾਮੇ ਬੈਠੇ ਹੋਏ ਨੇ, ਜਿੱਥੇ ਜਿੰਦਾ ਚੱਕ ਅੜਦਾ, ਜਿੰਦਾ ਜੁਗਾੜ ਅੜਦਾ, ਉਹ ਲਾ ਦਿੰਦਾ ਲਾ ਦਿੰਦਾ। ਜਦੋਂ ਤੁਸੀਂ ਮੇਰੇ ਕੋਲ ਆਏ ਸੀ ਨਾ, ਤੁਸੀਂ ਪਰੇਸ਼ਾਨ ਸੀ, ਯਾਨੀ ਰੋ ਨਹੀਂ ਰਿਹਾ ਸੀ, ਪਰ ਰੋਣ ਦੇ ਕਰੀਬ ਤਰੀਨ ਸੀ। ਇਸੇ ਤਰ੍ਹਾਂ ਗੁਫਤਗੂ ਹੋਈ। ਨਬਜ਼ ਫੜਨ ਵਾਲੇ ਕੀ ਅੱਜ ਵੀ ਹੈਗੇ ਨੇ? ਨਹੀਂ, ਘੱਟ ਹੀ। ਮੈਂ ਜਿੰਨਾ ਕੋਲ ਗਿਆ, ਕਿਸੇ ਨਬਜ਼ ਨਹੀਂ ਫੜੀ। ਮੈਂ ਪੁੱਛੇ ਕਿ ਇੱਥੇ ਆ ਕੇ, ਇੱਥੇ ਤੁਸੀਂ ਨਬਜ਼ ਚੈੱਕ ਕੀਤੀ ਤੇ ਦਸ ਛੇ ਜੋ ਜੋ ਹੈ, ਜੋ ਜੋ ਮੈਂ ਦੱਸਿਆ ਉਹੀ ਮਾਮਲਾ? ਹਾਂਜੀ, ਇਸੇ ਤਰ੍ਹਾਂ। ਉਸ ਦਿਨ ਜੋ ਉਸੇ ਦਿਨ ਹੀ ਹੌਸਲਾ ਹੋ ਗਿਆ ਸੀ, ਮੈਂ ਬਚ ਜਾਗਾ ਇਨਸ਼ਾ ਅਮੀਦ। ਉੱਧਰ ਮੈਂ ਬੜਾ ਆਪਣੇ ਆਪ ਸੈਟਿਸਫਾਈ ਹੋ ਗਿਆ ਕਿ ਨਹੀਂ, ਮਰਜ਼ ਸਹੀ ਹੋਣ ਲੱਭੀ ਕਿਸੇ ਨੇ, ਨਹੀਂ ਤੇ ਉਸ ਤੋਂ ਪਹਿਲਾਂ ਤਾਂ ਕੋਈ ਕਹਿੰਦਾ ਸੀ ਦਿਲ ਦਾ ਮਸਲਾ, ਕੋਈ ਕਹਿੰਦਾ ਇਹ ਮਸਲਾ, ਸਾਰਾ ਕੋਈ ਕਰਾ ਕੇ ਵੇਖ ਲਿਆ, ਲੇਕਿਨ ਕੁਛ ਵੀ ਨਹੀਂ ਸੀ, ਸਕੂਨ ਨਹੀਂ ਸੀ ਆਉਂਦਾ ਕਿਸੇ ਨੂੰ। ਹੁਣ ਅਲਹਮਦੁਲਿਲਾ ਮੈਂ ਨਾ 70% ਠੀਕ ਹਾਂ। ਜਿਹੜੀ ਜਿਗਰ ਦੇ ਉੱਤੇ ਦਰਦ ਹੁੰਦੀ ਸੀ ਉਹ ਖਤਮ ਹੋ ਗਈ ਦਰਦ, ਠੀਕ ਹੈ? ਹੁਣ ਸਿਰਫ ਡਕਾਰ ਆਉਂਦੇ ਨੇ, ਡਕਾਰ ਆਉਂਦੇ ਨੇ ਬਸ। ਤੁਹਾਡੀ ਵਿਸਾਦਤ ਨਾਲ ਸਾਰਿਆਂ ਨੂੰ ਦੱਸਦੇ ਨੇ ਰਾਜ਼ ਵੀ ਡਕਾਰ ਕਿਉਂ ਆਉਂਦੇ। ਜਦੋਂ ਮੈਦਾ ਠੰਡਾ ਹੋ ਜਾਵੇ ਨਾ, ਉਦੋਂ ਡਕਾਰ ਆਉਂਦੇ। ਜਦੋਂ ਮੈਦਾ ਗਰਮ ਹੋ ਜਾਵੇ ਫਿਰ ਡਕਾਰ ਨਹੀਂ, ਫਿਰ ਉਹ ਖਾਣੇ ਨੂੰ ਸਹੀ ਕਰਕੇ ਹਜ਼ਮ ਕਰਦਾ ਹੈ। ਫੂਡ ਪਾਇਜ਼ਨ ਉਦੋਂ ਹੁੰਦਾ ਜਦੋਂ ਮੈਦਾ ਠੰਡਾ ਹੋਵੇ, ਨਹੀਂ ਤਾਂ ਕਦੀ ਵੀ ਉਲਟੀਆਂ ਨਹੀਂ ਆਉਂਦੀਆਂ। ਜਦੋਂ ਮੈਦਾ ਠੰਡਾ ਹੋਵੇਗਾ ਉਦੋਂ ਹੀ ਡਕਾਰ ਆਉਣਗੇ। ਜਦੋਂ ਮੈਦਾ ਠੰਡਾ ਹੋ ਜਾਏਗਾ, ਮੈਦੇ ਨੂੰ ਤੁਸੀਂ ਫ੍ਰੀਜ਼ ਕਰ ਲਓਗੇ, ਫ੍ਰਿਜ ਬਣਾ ਲਓਗੇ, ਫਿਰ ਉਹਦੇ 'ਚ ਖਾਣਾ ਹਜ਼ਮ ਨਹੀਂ ਹੋਵੇਗਾ, ਖਾਣਾ ਖੜਾ ਰਹੇਗਾ। ਤੇ ਜਦੋਂ ਮੈਦਾ ਠੰਡਾ ਹੋਵੇ, ਉਹਦੇ ਦਰੋ ਦੀਵਾਰ ਠੰਡੇ ਹੋ ਜਾਣ, ਤੇ ਫਿਰ ਜਨਾਬ ਤੁਹਾਨੂੰ ਨਾ ਡਕਾਰ ਆਉਣੇ ਸ਼ੁਰੂ ਹੋ ਜਾਂਦੇ। ਜਦੋਂ ਵੀ ਡਕਾਰ ਆਉਣ, ਲੌਂਗ ਦਾ ਕਾਹਵਾ ਪੀਓ, ਇਨਸ਼ਾਅੱਲਾ ਬਫਜ਼ਲਿਲ੍ਲਾਹ ਅੱਲਾਹ ਦੇ ਹੁਕਮ ਨਾਲ ਕਦੀ ਵੀ ਪ੍ਰੋਬਲਮ ਨਹੀਂ ਆਏਗੀ। ਠੀਕ ਹੈ। ਜਿਨ੍ਹਾਂ ਜਿਨ੍ਹਾਂ ਨੂੰ ਪੁਰਪੜੀਆਂ ਦਰਦ ਕਰਦੀਆਂ, ਜਿਨ੍ਹਾਂ ਜਿਨ੍ਹਾਂ ਦੀਆਂ ਅੱਖਾਂ 'ਤੇ ਵਜ਼ਨ ਆਉਂਦਾ, ਜਿਨ੍ਹਾਂ ਦੀ ਦਿਲ ਦੀ ਧੜਕਣ ਵੱਧ ਜਾਂਦੀ ਹੈ, ਜਿਨ੍ਹਾਂ ਨੂੰ ਨੀਂਦਰ ਨਹੀਂ ਆਉਂਦੀ, ਇਹ ਤੁਹਾਡੀਆਂ ਮਰਜ਼ਾਂ ਦੱਸ ਰਿਹਾ, ਜਿਨ੍ਹਾਂ ਨੂੰ ਪਖਾਨਾ ਖੁੱਲ੍ਹ ਕੇ ਨਹੀਂ ਆਉਂਦਾ, ਜਿਨ੍ਹਾਂ ਦੇ ਦਿਲ 24 ਘੰਟੇ ਵਹਿਮ ਰਹਿੰਦਾ, ਪਤਾ ਨਹੀਂ ਮੈਂ ਬਚਣਾ ਹੈ ਕਿ ਨਹੀਂ ਬਚਣਾ, ਫੌਤਗੀ ਹੋ ਜਾਏ ਤਾਂ ਉਹਨਾਂ ਨੂੰ ਖੌਫ ਆਉਣ ਲੱਗ ਪੈਂਦਾ, ਇਸੇ ਤਰ੍ਹਾਂ ਐਂਬੂਲੈਂਸ ਦੀ ਆਵਾਜ਼ ਆ ਜਾਵੇ ਤਾਂ ਉਹਨਾਂ ਨੂੰ ਖੌਫ ਆਉਣ ਲੱਗ ਪੈਂਦਾ। ਬੇਟੇ, ਇਹ ਸਾਰੇ ਦਾ ਸਾਰਾ ਸਪਲੀਨ ਦਾ ਅਤੇ ਜਿਗਰ ਦਾ ਫਾਲਟ ਹੈ। ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਟਾਈਫਾਇਡ ਹੁੰਦਾ ਹੈ, ਉਹਨਾਂ ਲੋਕਾਂ ਨੇ ਪ੍ਰੋਬਲਮ ਆਉਂਦੀ। ਮੈਨੂੰ ਨਹੀਂ ਪਤਾ, ਅੱਜ ਤੁਹਾਨੂੰ ਕਹਿਣ ਡਿਆ ਟਾਈਫਾਇਡ, ਮੈਨੂੰ ਨਹੀਂ ਪਤਾ ਤੁਹਾਨੂੰ ਟਾਈਫਾਇਡ ਕਦੋਂ ਆਇਆ, ਹੁਣ ਤੁਸੀਂ ਸੋਚੋ ਕਦੋਂ ਹੋਇਆ। ਟਾਈਫਾਇਡ ਤਾਂ ਹੋਇਆ ਸੀ ਬੜਾ ਛੋਟੀ ਉਮਰੇ, ਮੈਨੂੰ ਬੜਾ ਹੀ ਹੋਇਆ ਟਾਈਫਾਇਡ। ਟਾਈਫਾਇਡ ਬੜਾ ਹੋਇਆ, ਟਾਈਫਾਇਡ ਦੀ ਇਸਲਾਹ ਹੀ ਕੋਈ ਨਹੀਂ ਹੋਈ। ਉਹ ਟਾਈਫਾਇਡ ਹੀ ਵਾਰ ਵਾਰ ਤੁਹਾਨੂੰ ਤੰਗ ਕਰ ਰਿਹਾ। ਜਦੋਂ ਬੜੀ ਆਉਣ 'ਤੇ ਸਵੈਲਿੰਗ ਹੋ ਜਾਏਗੀ ਨਾ, ਫਿਰ ਪਖਾਨਾ ਖੁੱਲ੍ਹ ਕੇ ਨਹੀਂ ਆਵੇਗਾ, ਫਿਰ ਤਫੱਕਰਾਤ ਸ਼ੁਰੂ ਹੋ ਜਾਣਗੇ, ਫਿਰ ਨੀਂਦਰ ਇਵੇਂ ਆਏਗੀ ਕਿ ਅੱਖਾਂ ਸੌਂ ਗਈਆਂ, ਦਿਮਾਗ ਚੱਲਦੇ। ਪਹਿਲੇ ਤੁਹਾਨੂੰ ਵੀ ਨੀਂਦਰ ਨਹੀਂ ਆਉਂਦੀ ਸੀ? ਨਹੀਂ ਨਹੀਂ, ਹੁਣ ਤਾਂ ਅਲਹਮਦੁਲਿਲਾਹ ਦੇ, ਹੁਣ ਤਾਂ ਮੈਂ ਬਸ ਪੈਂਦਾ ਹੀ ਆ, ਤਾਂ ਬਸ ਪਤਾ ਹੀ ਨਹੀਂ ਹੁੰਦਾ ਸੁਬਹ। ਰਾਜ਼ੀ ਹੋ? ਅਲਹਮਦੁਲਿਲਾਹ। ਜਿਹੜੇ ਮੇਰੇ ਦੋਸਤ ਬਾਬ, ਜਿਵੇਂ ਤੁਸੀਂ ਇੱਕ ਸਾਲ ਪੂਰਾ ਮੁਖਤਲਿਫ ਬੂਹੇ ਖੜਕਾਏ, ਮੁਖਤਲਿਫ ਦਰੋ ਦੀਵਾਰ 'ਤੇ
ਮੱਥਾ ਟੇਕਿਆ, ਕੋਈ ਜਿੰਨ ਦੱਸ ਰਿਹਾ, ਕੋਈ ਜਾਦੂ ਦੱਸ ਰਿਹਾ, ਕੋਈ ਦਿਲ ਦਾ ਮਸਲਾ ਦੱਸ ਰਿਹਾ, ਯਾਨੀ ਡਰਾਵਾ ਹੀ ਹੈ। ਤਸ਼ਖੀਸ ਸਾਡੇ ਯਹਾਂ ਪਿਨਹਾ ਹੋ ਚੁੱਕੀ, ਘੱਟ ਗਈ, ਬਹੁਤ ਘੱਟ ਹੋ ਗਏ। ਮੇਰੇ ਜਿਹੜੇ ਦੋਸਤ ਤੁਹਾਡੇ ਤਰਫ਼ ਵਿਚਾਰੇ ਕਈ ਪਰੇਸ਼ਾਨ ਨੇ, ਅੱਲਾਹ ਕਿਸੇ ਨੂੰ ਪਰੇਸ਼ਾਨੀ 'ਚ ਮੁਬਤਲਾ ਨਾ ਕਰੇ। ਕੀ ਪੈਗਾਮ ਕੀ ਦਿਓਗੇ ਉਹਨਾਂ ਦੋਸਤਾਂ ਨੂੰ ਜਿਹੜੇ ਤੁਹਾਡੇ ਤਰ੍ਹਾਂ ਮਰੀਜ਼ ਫਿਰ ਰਹੇ ਨੇ? ਮੈਂ ਤਾਂ ਕਹਿੰਦਾ ਉਹਨਾਂ ਕਿ ਤੁਸੀਂ ਇਸ ਦਵਾਖਾਨੇ 'ਤੇ ਆਓ। ਨਹੀਂ ਇਹ ਨਹੀਂ, ਇਹ ਚਲੋ ਕਰ ਲਓ ਗੱਲ ਪੂਰੀ, ਤੁਸੀਂ ਇਸ ਦਵਾਖਾਨੇ 'ਤੇ ਆਓ। ਅੱਲਾਹ ਤਾਲਾ ਨੇ ਤੁਹਾਨੂੰ ਸ਼ਾਇਦ ਇਸੇ ਦਵਾਖਾਨੇ ਤੋਂ ਸ਼ਫਾ ਦੇਣੀ ਹੋਵੇ, ਕਿਉਂਕਿ ਮੈਨੂੰ ਰੱਬ ਨੇ ਇੱਥੋਂ ਸ਼ਫਾ ਦਿੱਤੀ ਹੈ। ਤੁਹਾਡਾ ਨੰਬਰ ਕੀ ਹੈ? ਮੇਰਾ ਨੰਬਰ 0312-6491-140 6491-140 0312। ਹਾਂਜੀ, ਗੱਲ ਆ, ਤੁਸੀਂ ਪੈਗਾਮ ਉਹਨਾਂ ਨੂੰ ਇਹ ਦਿਓ ਕਿ ਜੋ ਤੁਹਾਨੂੰ ਮੈਂ ਪਰਹੇਜ਼ ਦੱਸਿਆ, ਤੁਹਾਨੂੰ ਮੈਂ ਠੰਡੀਆਂ ਚੀਜ਼ਾਂ ਮਨਾ ਕੀਤੀਆਂ, ਹਰ ਡਾਕਟਰ ਹਰ ਹਕੀਮ ਕਹਿੰਦਾ ਠੰਡੀਆਂ ਚੀਜ਼ਾਂ ਖਾਓ ਖਾਓ, ਉਹ ਕਹਿੰਦੇ ਠੰਡੀਆਂ ਚੀਜ਼ਾਂ ਖਾਓ, ਤੇ ਮੈਂ ਤੁਹਾਨੂੰ ਮਨਾ ਕੀਤੀਆਂ। ਹਾਂਜੀ, ਮੈਂ ਹਾਂ, ਇਸ ਲਈ ਉਹ ਘਰ ਦੇ ਵੀ ਕਹਿੰਦੇ ਡਾਕਟਰ, ਉਹ ਕਹਿੰਦੇ ਠੰਡੀਆਂ ਚੀਜ਼ਾਂ ਖਾਓ, ਤੂੰ ਕਹਿੰਦਾ ਠੰਡੀ ਚੀਜ਼ ਖਾਣੀ ਨਹੀਂ। ਮੈਂ ਉਹ ਤੇ ਉਹਦਾ ਰਿਜ਼ਲਟ ਕੀ ਹੋਇਆ, ਮੈਂ ਤੁਹਾਨੂੰ ਕੀ ਕਿਹਾ, ਸ਼ੋਰਬਾ ਇਸਤੇਮਾਲ ਕਰੋ। ਹਾਂਜੀ, ਨਬੀ ਅਲੈਹਿ ਸਲਾਮ ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਨਤ ਮੁਤਾਬਕ ਖਾਣੇ ਆਖੇ ਮੈਂ ਜਨਾਬ ਨੇ ਇਸਤੇਮਾਲ ਕਰੋ। ਜਨਾਬ ਔਰ ਬਿਹਤਰ ਨੇ, ਅਲਹਮਦੁਲਿਲਾ ਠੀਕ ਨੇ, ਸ਼ੁਕਰ ਅੱਲਾਹ। ਰਾਜ਼ੀ ਜਾਣਾ ਤੁਹਾਡੇ ਅੱਗੇ ਜਿੰਨੇ ਵੀ ਮਰੀਜ਼ ਨੇ ਜਿਹਨਾਂ ਨੂੰ ਨੀਂਦਰ ਨਹੀਂ ਆਉਂਦੀ ਨਾ, ਉਹਨਾਂ ਦੇ ਅੰਦਰ ਖੁਸ਼ਕੀ ਹੋ ਜਾਂਦੀ। ਅੱਛਾ, ਫਾਲਟ ਸਿਰਫ ਟਾਈਫਾਇਡ ਦਾ, ਜਿਹਨਾਂ ਨੂੰ ਸਾਈਕੀ ਪੇਸ਼ੈਂਟ ਸਮਝਿਆ ਜਾਂਦਾ ਹੈ ਨਾ, ਤੁਸੀਂ ਪੌਣੇ ਕੋ ਸਾਈਕੀ ਹੋ ਗਏ ਸਰ, ਜੇ ਤੁਹਾਨੂੰ ਪਤਾ ਹੈ ਨਾ। ਹੋ ਗਏ ਤਕਰੀਬਨ, ਮੈਨੂੰ ਕਹਿਣ ਲੱਗ ਪਿਆ ਕਿ ਤੂੰ ਸਾਈਕਸ, ਤੇਰਾ ਦਿਮਾਗ ਸਾਈਕੀ ਹੋ ਚੱਲਾ। ਹਾਂ, ਤੇਵੇਂ ਹੈ ਸੀ, ਕਿਉਂਕਿ ਦਿਮਾਗ ਰੁਕਦਾ ਹੀ ਨਹੀਂ ਸੀ, ਸੋਚ ਹੀ ਜਾਂਦਾ ਸੀ, ਸੋਚ ਹੀ ਜਾਂਦਾ ਸੀ। ਹੁਣ ਸਕੂਨ ਹੈ, ਅਲਹਮਦੁਲਿਲਾ। ਕਿੰਨੀ ਚਿਰ ਬਾਅਦ ਸਹੀ ਆਸਾ ਹੱਸਿਓ ਚਿਹਰੇ ਤੇ, ਹੁਣ ਤਾਂ ਤਬੱਸਮ ਹੈ, ਸਹੀ ਆਸਾ ਕਿੰਨੀ ਦੇਰ ਬਾਅਦ ਹੱਸਿਓ? ਮੈਂ ਸਾਲ ਬਾਅਦ ਤਕਰੀਬਨ ਹੱਸਿਆ ਜੇ, ਹੁਣ ਮੇਰੇ ਆਫਿਸ 'ਚ ਵੇਚ ਜੀ ਕਹਿੰਦੇ ਯਾਰ ਹੁਣ ਤਬਦੀਲੀ ਆ ਗਈ ਕਾਫੀ, ਹੁਣ ਕੀ ਖਾਂਦਾ? ਮੈਂ ਕਿਹਾ ਨਹੀਂ, ਮੈਂ ਯਾਰ ਦਵਾਈ ਲਿਆ ਕੇ ਆਉਂਦਾ ਹਕੀਮ ਸਾਹਿਬ ਉੱਥੇ, ਸਾਰਾ ਉਹਨਾਂ ਨੂੰ ਦੱਸਿਆ ਤੇ ਉਹ ਅਲਹਮਦੁਲਿਲਾ ਹੁਣ ਰਾਜ਼ੀ ਰਹਿਣਾ, ਖੁਸ਼ ਰਹਿਣਾ ਤੇ ਸਾਡੇ ਵਾਸਤੇ ਦੁਆ ਫਰਮਾਉਣਾ। ਸ਼ੁਕਰੀਆ, ਬਹੁਤ ਸ਼ੁਕਰੀਆ। ਅਸਲਾਮ ਵਾਲੇਕੁਮ ਰਹਿਮਤੁਲਾ ਬਰਕਾਤ। ਅਸਲਾਮ।